ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮੰਨੂ ਮੋੜ ਤੇ ਕਾਫੀ ਬੱਚੇ ਮੈਥੋਂ ਪੁੱਛ ਰਹੇ ਨੇ ਕਿ ਸਰ ਕਲਰਕ ਦਾ ਜਿਹੜਾ ਟਾਈਪਿੰਗ ਟੈਸਟ ਹੋ ਕਿਸ ਤਰ੍ਹਾਂ ਦਾ ਹੁੰਦਾ ਹੈ ਕਿਉਂਕਿ ਫਸਟ ਟਾਈਮ ਕਈ ਬੱਚੇ ਨੇ ਐਗਜ਼ਾਮ ਦਿੱਤਾ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਇਹ ਟਾਈਪਿੰਗ ਟੈਸਟ ਆਖਿਰ ਕਿਵੇਂ ਲਿਆ ਜਾਂਦਾ ਹੈ ਇਸ ਵਾਰ ਅਪਾ ਗੱਲ ਕਰਾਂਗੇ ਬਟ ਇਹ ਟੋਪਿਕ ਸਟਾਰਟ ਕਰਨ ਤੋਂ ਪਹਿਲਾਂ ਤੁਸੀਂ ਮੈਨੂੰ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਦਿਓ ਕਿ ਕਲਰਕ ਦਾ ਜਿਹੜੀ ਫਾਈਨਲ ਕੱਟ-ਆਫ ਹੈ ਉਹ ਕਿੰਨੇ ਤੱਕ ਜਾ ਸਕਦੀ ਹੈ ਮੇਰੇ ਅਕੋਰਡਿੰਗ ਜੇ ਜਨਰਲ ਕੈਟਾਗਰੀ ਦੀ ਅਪਾ ਕੱਟ-ਆਫ ਦੀ ਗੱਲ ਕਰੀਏ ਤਾਂ 60 ਤੋਂ ਲੈ ਕੇ 62 ਨੰਬਰਾਂ ਦੇ ਤੱਕ ਮਤਲਬ ਕਿ ਜਨਰਲ ਕੈਟਾਗਰੀ ਦੀ ਜਿਹੜੀ ਫਾਈਨਲ ਕੱਟਆਫ ਜਾ ਸਕਦੀ ਹੈ ਤੇ OBC ਦੀ ਗੱਲ ਕਰੀਏ ਤਾਂ ਆਪਾਂ 55 ਤੋਂ ਲੈ ਕੇ 60 ਦੇ ਵਿੱਚਕਾਰ ਕਿਹੜੀ 55 57 ਜਾਂ 58 ਨੰਬਰਾਂ ਦੇ ਵਿੱਚਕਾਰ OBC ਕੈਟਾਗਰੀ ਦੀ ਜਿਹੜੀ ਕੱਟਆਫ ਰਹਿ ਸਕਦੀ ਹੈ ਐਂਡ ਜਿਹੜੀ SC ਕੈਟਾਗਰੀ ਦੀ ਗੱਲ ਕਰੀਏ 50 ਨੰਬਰ ਤੱਕ 50 ਜਾਂ 52 ਜਾਂ 48 ਇਸ ਨੰਬਰਾਂ ਦੇ ਵਿੱਚਕਾਰ ਜਿਹੜੀ ਫਾਈਨਲ ਕੱਟਆਫ ਰਹਿ ਸਕਦੀ ਹੈ ਤੁਹਾਡਾ ਕੀ ਵਿਚਾਰ ਹੈ ਦੋਸਤੋ ਵੀਡੀਓ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਹੁਣ ਆਪਾਂ ਟਾਈਪਿੰਗ ਟੈਸਟ ਬਾਰੇ ਗੱਲ ਕਰ ਲਈਏ ਸਭ ਤੋਂ ਪਹਿਲਾਂ ਇਹਨਾਂ ਨੇ ਡਿਮਾਂਡ ਕੀਤੀ ਹੋਈ ਹੈ ਨੋਟੀਫਿਕੇਸ਼ਨ ਵਿੱਚ ਕਿ ਜਿਹੜਾ ਡਾਟਾ ਵੀ ਕੈਂਡੀਡੇਟ ਸੈਲੈਕਟਡ ਹੋਵੇਗਾ ਟਾਈਪਿੰਗ ਟੈਸਟ ਲਈ ਸੱਦਾ ਜਾਵੇਗਾ ਉਸ ਦੀ ਟਾਈਪਿੰਗ ਸਪੀਡ ਕਿੰਨੀ ਹੋਣੀ ਚਾਹੀਦੀ ਹੈ 30 ਵਰਡ ਪਰ ਮਿੰਟ ਹੋਣੀ ਚਾਹੀਦੀ ਹੈ ਹੁਣ ਜਦੋਂ ਤੁਹਾਡੀ ਹਾਲ ਵਿੱਚ ਐਂਟਰੀ ਹੋ ਜਾਵੇ ਜਿੱਥੇ ਇਹ ਟਾਈਪਿੰਗ ਟੈਸਟ ਲਿੱਤਾ ਜਾਵੇਗਾ ਉੱਥੇ ਤੁਹਾਨੂੰ ਦੋ ਟੈਸਟ ਦੇਣੇ ਪੈਣਗੇ ਇੱਕ ਤਾਂ ਪੰਜਾਬੀ ਲੈਂਗੁਏਜ ਵਿੱਚ ਦੇਣਾ ਪਊਗਾ ਇੱਕ ਇੰਗਲਿਸ਼ ਵਿੱਚ ਹੁਣ ਪੰਜਾਬੀ ਲੈਂਗੁਏਜ ਕੰਪਿਊਟਰ ਵਿੱਚ ਇੱਕ ਫੌਂਟ ਹੁੰਦਾ ਰਾਵੀ ਫੌਂਟ ਵਿੱਚ ਪੰਜਾਬੀ ਲੈਂਗੁਏਜ ਦਾ ਟੈਸਟ ਲਿੱਤਾ ਜਾਵੇਗਾ ਕਿਵੇਂ ਲਿੱਤਾ ਜਾਵੇਗਾ ਦੋਸਤੋ ਇੱਕ ਪੇਜ ਦੇ ਦੇ ਦੇਣਗੇ ਤੁਹਾਨੂੰ ਪ੍ਰਿੰਟ ਆਊਟ ਦੇ ਦੇਣਗੇ ਕੱਟ ਕੇ ਪ੍ਰਿੰਟ ਆਊਟ ਦੇ ਇੱਕ ਪੈਰਾਗ੍ਰਾਫ ਲਿਖਿਆ ਹੋਵੇਗਾ ਇੱਥੇ ਪੰਜਾਬੀ ਲੈਂਗੁਏਜ ਵਿੱਚ ਆਪਾਂ ਉਹ ਦੇਖ ਦੇਖ ਕੇ ਸੇਮ ਆਪਣੇ ਕੰਪਿਊਟਰ ਵਿੱਚ ਟਾਈਪ ਕਰਨਾ ਤੇ ਇੱਕ ਆਪਾਂ ਨੂੰ ਫਿਕਸ ਟਾਈਮ ਦਿੱਤਾ ਜਾਵੇਗਾ ਉਹਨੇ ਟਾਈਮ ਦੇ ਅੰਦਰ ਅੰਦਰ ਆਪਾਂ ਇਹ ਪੈਰਾਗ੍ਰਾਫ ਕੰਪਿਊਟਰ ਵਿੱਚ ਟਾਈਪ ਕਰ ਦੇਣਾ ਇਸ ਤੋਂ ਬਾਅਦ ਨਾਲ ਦੀ ਨਾਲ 2-4 ਮਿੰਟਾਂ ਦੇ ਅੰਦਰ ਅੰਦਰ ਹੀ ਤੁਹਾਡੇ ਤੋਂ ਦੂਜਾ ਟੈਸਟ ਜਿਹੜਾ ਇੰਗਲਿਸ਼ ਵਿੱਚ ਲਿਆ ਜਾਵੇਗਾ ਉਸ ਦਾ ਵੀ ਸੇਮ ਪ੍ਰੋਸੈਸ ਹੈ ਇੱਕ ਤੁਹਾਨੂੰ ਪੇਜ ਦਿੱਤਾ ਜਾਵੇਗਾ ਉਸ ਵਿੱਚ ਇੱਕ ਪੈਰਾਗ੍ਰਾਫ ਲਿਖਿਆ ਹੋਵੇਗਾ ਉਸ ਨੂੰ ਦੇਖ ਦੇਖ ਕੇ ਕੰਪਿਊਟਰ ਵਿੱਚ ਆਪਾਂ ਟਾਈਪ ਕਰਨਾ ਹੈ ਐਂਡ ਫਿਕਸ ਟਾਈਮ ਵਿੱਚ ਉਹ ਕੰਪਲੀਟ ਕਰਨਾ ਹੈ ਮंजे ਤੁਸੀਂ ਦੋਨੇ ਇਹ ਫਿਕਸ ਟਾਈਮ ਵਿੱਚ ਕੰਪਲੀਟ ਕਰ ਲੈਣੋ ਤਾਂ ਕੁਆਲੀਫਾਈ ਮੰਨੇ ਜਾਣੇ ਹੋ ਤੇ ਯਾਦ ਰੱਖੋ ਜਿਹੜਾ ਰਵੀ ਫੌਂਟ ਵਿੱਚ ਆਪਾਂ ਪੰਜਾਬੀ ਦੀ ਟਾਈਪਿੰਗ ਦਾ ਟੈਸਟ ਦੀ ਤਿਆਰੀ ਕਰਨੀ ਆ ਦੇਖੋ ਇਹ ਟੈਸਟ ਕਿਵੇਂ ਕੰਪਲੀਟ ਹੋਵੇਗਾ ਇਸ ਵਿੱਚ ਕੋਈ ਤੋਕਾ ਨਹੀਂ ਲੱਗਦਾ ਹੈ ਨਾ ਕੋਈ ਜ਼ਿਆਦਾ ਹੋ ਨਹੀਂ ਜਿੰਨੀ ਜ਼ਿਆਦਾ ਇਸ ਦੀ ਤੁਹਾਡੀ ਪ੍ਰੈਕਟਿਸ ਹੋਵੇਗੀ ਟਾਈਪਿੰਗ ਦੀ ਪ੍ਰੈਕਟਿਸ ਹੋਵੇਗੀ ਉਨੀ ਹੀ ਪਰਫੈਕਟ ਜਿਹੜਾ ਤੁਹਾਡਾ ਰਿਜ਼ਲਟ ਸ਼ੋ ਹੋਵੇਗਾ ਤਾਂ ਉਹਨੂੰ ਮਤਲਬ ਉਹਨਾਂ ਹੀ ਉਮੀਦ ਹੋ ਜਾਏਗੀ ਕਿ ਹਾਂ ਮੇਰਾ ਟੈਸਟ ਇਹ ਵਧੀਆ ਹੋਇਆ ਐਗਜ਼ਾਮ ਟਾਈਪਿੰਗ ਟੈਸਟ ਵਧੀਆ ਹੋਇਆ ਉਹਨਾਂ ਹੀ ਤੁਹਾਡਾ ਬੜੀਆ ਚਾਂਸ ਹੋ ਜਾਣਗੇ ਕਿ ਸਿਲੈਕਸ਼ਨ ਹੋਣ ਦੇ ਪ੍ਰੀਸ ਦਾ ਇੱਕੋ ਇੱਕ ਮੂਲ ਮੰਤਰ ਹੈ ਤਿਆਰੀ ਕਰੋ ਜਿੰਨੀ ਜ਼ਿਆਦਾ ਤਿਆਰੀ ਕਰੋਗੇ ਉਨਾ ਹੀ ਪਰਫੈਕਟਨੈਸ ਤੁਹਾਡੇ ਵਿੱਚ ਆਏਗੀ ਤੇ ਉਨੀ ਹੀ ਜ਼ਿਆਦਾ ਸਪੀਡ ਤੁਹਾਡੇ ਇਨਕਰੀਜ਼ ਹੋਵੇਗੀ ਓਕੇ ਦੋਸਤੋ ਜੇ ਕੋਈ ਹੋਰ ਸਵਾਲ ਹੈ ਟਾਈਪਿੰਗ ਸਪੀਡ ਰਿਲੇਟਡ ਜਾਂ ਟਾਈਪਿੰਗ ਦੇ ਟੈਸਟ ਦੇ ਰਿਗਾਰਡਿੰਗ ਤਾਂ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ